ਲੋਕ ਸਭਾ ਚੋਣਾਂ 2024 ਦੌਰਾਨ ਜਿੱਥੇ ਵੱਖ ਵੱਖ ਪਾਰਟੀਆਂ ਪੰਜਾਬ ਵਿੱਚ ਸਰਗਰਮ ਨਜ਼ਰ ਆ ਰਹੀਆਂ ਹਨ, ਉੱਥੇ ਪੰਥਕ ਧਿਰਾਂ ਵੱਲੋਂ ਵੀ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਦਲ ਖਾਲਸਾ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਗਿਆ। ਇਸ ਮੌਕੇ 'ਤੇ ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ 2024 ਬਿਲਕੁਲ ਸਿਰ 'ਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਹਰ ਵਾਰੀ ਆਮ ਲੋਕਾਂ ਦੀਆਂ ਵੋਟਾਂ ਲੈ ਕੇ ਸਾਨੂੰ 5 ਸਾਲ ਲਈ ਗੁਲਾਮ ਬਣਾਇਆ ਜਾਂਦਾ ਹੈ। ਇਸ ਲਈ ਅੱਜ ਅਸੀਂ ਆਪਣੀ ਜਥੇਬੰਦੀ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਦੇ ਹਾਂ। ਸਾਡੀ ਚੋਣ ਨੀਤੀ ਜਿਹੜੀ ਆ, ਮੈਂ ਤੁਹਾਡੇ ਸਾਹਮਣੇ ਪੂਰਾ ਡਾਕੂਮੈਂਟ ਪੜ੍ਹਿਆ ਹੈ, ਜਿਹਦੇ ਰਾਹੀਂ ਅਸੀਂ ਇਸ ਗੱਲ ਦਾ ਐਲਾਨ ਕੀਤਾ ਆ ਕਿ ਅਸੀਂ ਇਸ ਸਿਸਟਮ ਦਾ ਹਿੱਸਾ ਜਿਹੜਾ ਉਹ ਨਹੀਂ ਬਣਾਂਗੇ। ਸੋ ਆਪਣੇ ਆਪ ਨੂੰ ਅਸੀਂ ਚੋਣਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਆ। ਸੋ ਇਹਦੇ ਬਾਰੇ ਦੇ ਵਿੱਚ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਮੈਂ ਉਹ ਲੈਣ ਲਈ ਤਿਆਰ ਹਾਂ। ਮੈਂ ਇਹ ਗੱਲ ਦਾ ਐਲਾਨ ਕੀਤਾ ਹੈ ਪੂਰੇ ਡਾਕੂਮੈਂਟ ਨੂੰ, ਜੇ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਵੇ ਕਿ ਅਸੀਂ ਇੱਕ ਸਿਸਟਮ ਨੂੰ ਰੱਦ ਕੀਤਾ ਹੈ, ਪਰ ਉਹਦੇ ਨਾਲ ਦੀ ਨਾਲ ਅਸੀਂ ਇਸ ਗੱਲ ਦੀ ਵੀ ਤਸਲੀਮ ਕੀਤੀ ਆ, ਮੰਨੇ ਹਾਂ ਕਿ ਸਾਡੀ ਕੌਮ ਦਾ ਇੱਕ ਹਿੱਸਾ ਖਾਲਿਸਤਾਨ ਦੀ ਪ੍ਰਾਪਤੀ ਭਾਰਤੀ ਸਿਸਟਮ ਅਧੀਨ ਹੁੰਦੀਆਂ ਚੋਣਾਂ ਰਾਹੀਂ ਕਰਨਾ ਚਾਹੁੰਦਾ ਆ। ਅਸੀਂ ਉਹਨਾਂ ਨੂੰ ਨਾ ਬੇਈਮਾਨ ਕਹਿੰਦੇ ਹਾਂ ਅਤੇ ਨਾ ਅਸੀਂ ਉਹਨਾਂ ਨੂੰ ਇਹੋ ਜਿਹੇ ਸ਼ਬਦ ਵਰਤਦੇ ਜਿਹੜੇ ਆਮ ਸਾਡੀ ਦੁਨੀਆ ਵਰਤਦੀ ਹੈ। ਅਸੀਂ ਇਹ ਮੰਨਦੇ ਹਾਂ ਕਿ ਉਹ ਵੀ ਪੰਥ ਦਾ, ਕੌਮ ਦਾ, ਪੰਜਾਬ ਦਾ ਹਿੱਸਾ ਆ। ਜੇ ਉਹਨਾਂ ਦੇ ਪੈਂਤੜਾ ਖਾਲਿਸਤਾਨ ਦੀ ਪ੍ਰਾਪਤੀ ਲਈ ਹਿੰਦੁਸਤਾਨ ਦੇ ਨਿਜ਼ਾਮ ਅਧੀਨ ਹੁੰਦੀਆਂ ਚੋਣਾਂ ਨੇ ਤਾਂ ਉਸ ਦੇ ਲਈ ਅਸੀਂ ਉਹਨਾਂ ਨੂੰ ਸ਼ੁਭੇਛਾਵਾਂ ਦਿੱਤੀਆਂ ਆ ਔਰ ਉਹਨਾਂ ਦੀ ਜਿੱਤ ਦੀ ਜਿਹੜੀ ਆ ਉਹ ਉਹਨਾਂ ਨੂੰ ਮਤਲਬ ਬੈਸਟ ਵਿਸ਼ੇਸ਼ ਦਿੱਤੀਆਂ ਨੇ। ਦਲ ਖਾਲਸਾ ਦਾ ਇਹ ਮੰਨਣਾ ਹੈ ਕਿ ਦਲ ਖਾਲਸਾ ਦਾ ਪੈਂਤੜਾ ਇਹ ਆ ਕਿ ਪਿਛਲੇ 7 ਦਹਾਕਿਆਂ ਦਾ ਤਜਰਬਾ ਸਾਡਾ ਇਹ ਕਹਿੰਦਾ ਆ ਕਿ ਪਾਰਲੀਮੈਂਟ ਦੇ ਵਿੱਚ ਚੁੱਕੀ ਆਵਾਜ਼ ਅਤੇ ਸੜਕ ਦੇ ਉੱਤੇ ਚੁੱਕੀ ਆਵਾਜ਼ ਦਾ ਇੰਡੀਆ ਦੇ ਵਿੱਚ ਇੱਕੋ ਤਰ੍ਹਾਂ ਦਾ ਹੀ ਮੁੱਲ ਪਿਆ ਆ। ਸੋ ਅਸੀਂ ਆਪਣੇ ਆਪ ਨੂੰ ਉਸ ਨਿਜ਼ਾਮ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਕਿਉਂਕਿ ਸਾਡੀਆਂ ਇਹ ਵੋਟਾਂ ਜਿਹੜੀਆਂ ਨੇ, ਤੁਸੀਂ ਇੱਕ ਚੀਜ਼ ਮੈਂ ਸਿਰਫ ਐਕਸਪਲੇਨ ਲੱਗਾ ਕਰਨ ਵੀ ਜਦੋਂ ਅਸੀਂ ਕਹਿੰਦੇ ਹਾਂ ਤਾਂ ਸਾਡੇ ਲੋਕ ਆਮ ਹੀ ਇਹ ਸੋਚ ਲੈਂਦੇ ਨੇ ਵੀ ਇਹ ਕਿਸੇ ਬੰਦੇ ਦੇ ਹੱਕ ਜਾਂ ਬੰਦੇ ਦੇ ਵਿਰੋਧ ਦੀ ਗੱਲ ਕਰਦੇ ਨੇ। ਜਦੋਂ ਅਸੀਂ ਸਿਸਟਮ ਸ਼ਬਦ ਵਰਤਦੇ ਹਾਂ ਤਾਂ ਉਸ ਬੰਦੇ ਤੋਂ ਉੱਪਰ ਚਲਿਆ ਜਾਂਦਾ। ਤੁਸੀਂ ਇੱਕ ਚੀਜ਼ ਨੂੰ ਮਹਿਸੂਸ ਕੀਤਾ ਹੋਊਗਾ, ਚਾਹੇ ਭਾਜਪਾ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਹੋਵੇ, ਤੁਹਾਡੀ ਗਲੀ ਦੇ ਨਿੱਕੀ ਜਿਹੀ ਨੁੱਕਰ ਤੋਂ ਲੈ ਕੇ ਮੇਨ GT ਰੋਡ ਦੇ ਤੱਕ, ਸਾਡੇ ਘਰਾਂ ਵਿੱਚ ਆਉਂਦੇ ਵੇਰਕੇ ਦੇ ਦੁੱਧ ਦੇ ਪੈਕਟ ਤੋਂ ਲੈ ਕੇ ਅਤੇ ਵੱਡੇ ਵੱਡੇ ਸ਼ੋਪਿੰਗ ਮਾਲਾਂ ਦੀਆਂ ਕੰਧਾਂ ਦੇ ਉੱਤੇ ਇੱਕ ਨਾਰਾ ਜ਼ਰੂਰ ਲਿਖਿਆ ਵੀ ਵੋਟ ਜ਼ਰੂਰ ਪਾਓ। ਇਹ ਕੀ ਆ? ਇਹ ਨਹੀਂ ਲਿਖਿਆ ਕਿਹੜੀ ਪਾਰਟੀ ਨੂੰ ਪਾਓ, ਕਿਹਨੂੰ ਪਾਓ, ਕਿਹਨੂੰ ਨਹੀਂ ਪਾਓ। ਸਰਕਾਰਾਂ ਕਰੋੜਾਂ ਰੁਪਈਆ ਖਰਚ ਕੇ ਸਾਡੇ ਲੋਕਾਂ ਨੂੰ ਕੀ ਕਹਿ ਰਹੀਆਂ ਆ ਵੀ ਤੁਸੀਂ ਚੋਣ ਪ੍ਰਕਿਰਿਆ ਦਾ ਹਿੱਸਾ ਬਣੋ। ਕਿਉਂ? ਕਿਉਂਕਿ ਉਹ ਇਹ ਕਹਿੰਦਾ ਆ ਕਿ ਜਿੰਨੇ ਲੋਕ ਵੋਟ ਪਾਉਣਗੇ ਉਹ ਦੁਨੀਆ ਨੂੰ ਦੱਸੇਗਾ ਵੀ ਇੰਨੇ ਲੋਕ ਇਸ ਸਿਸਟਮ ਦੇ ਵਿੱਚ ਮੇਰੇ ਸਿਸਟਮ ਨੂੰ ਮੰਨਦੇ ਨੇ, ਮੇਰੇ ਵਿੱਚ ਵਿਸ਼ਵਾਸ ਰੱਖਦੇ ਨੇ। ਸੋ ਅਸੀਂ ਉਸ ਸਿਸਟਮ ਨੂੰ ਰੱਦ ਕੀਤਾ, ਪਰ ਉਹਦੇ ਬਾਵਜੂਦ ਜਿਹੜੇ ਸਾਡੇ ਪੰਥ ਦਾ ਇੱਕ ਹਿੱਸਾ ਇਸ ਸਿਸਟਮ ਦੇ ਵਿੱਚੋਂ ਖਾਲਿਸਤਾਨ ਦੀ ਪ੍ਰਾਪਤੀ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਬੈਸਟ ਵਿਸ਼ੇਸ਼ ਦਿੰਦੇ।